ਕਾਸ਼ ਤਾਂ ਬਹੁਤ ਹੋਇਆ ਜੀ, ਤੁਸੀਂ ਇਲਾਕਾ ਘੁੰਮ ਕੇ ਵੇਖੋ, ਜੇ ਤੁਹਾਡੇ ਗੋਡੇ ਗੋਡੇ ਜਿੰਨੇ ਪੈਂਟਾਂ ਨਾ ਲਿਬੜ ਜਾਣ ਤਾਂ ਸਾਨੂੰ ਫਾਇਦਾ ਕੋਈ ਨਹੀਂ, ਤੁਹਾਨੂੰ ਵਿਖਾਉਂਦਾ ਅਸੀਂ ਤੁਹਾਨੂੰ ਵਿਖਾ ਸਕਦੇ ਹਾਂ ਆਪ। ਲੋਕ ਨਾਰਾਜ਼ ਬੜੇ ਆ, ਕਿਹਦਾ ਤੋਂ ਨਾਰਾਜ਼ ਆ? ਕਈਆਂ ਕਾਂਗ ਪਾੜੂ ਕਾਂਗੜਾ ਪਾੜੂ ਕੋਈ ਨਾਰਾਜ਼ ਬੜੇ, ਲੋਕਾਂ ਨੇ ਵੋਟ ਪਾਈ ਵੀ ਕੋਈ ਕਰੇਗਾ, ਕਾਂਗੜ ਕਰੇਗੀ, ਕਾਂਗੜ ਕੀ ਕੀਤਾ? ਸਾਰੇ ਸਿੱਧੂ ਸਾਹਿਬ ਦਾ ਬਹੁਤ ਰਿਕਾਰਡ ਹੈ ਇੱਥੇ, ਬਹੁਤ ਫਾਇਦਾ ਕਰਦਾ, ਹਰ ਬੰਦੇ ਜੀ ਸੁਣਦਾ ਵੀ ਹੈ ਔਰ ਕੰਮ ਵੀ ਕਰਕੇ ਦਿੰਦਾ। ਫਾਟਕ ਦੇ ਭਾਈ ਪਤਾ ਲੱਗ ਜਾਣਾ, ਫਾਟਕ ਵੱਲ ਨੂੰ ਜਾਓਗੇ ਤਾਂ ਪਤਾ ਲੱਗ ਜਾਣਾ, ਬਹੁਤ ਸੋਹਣਾ ਵਿਕਾਸ ਹੋਣ ਡਿਆ, ਥੋੜ੍ਹਾ ਬਹੁਤਾ ਹੋਇਆ, ਪੂਰਾ ਨਹੀਂ ਇੰਨਾ ਜਾਣੀ ਕਿ ਬਾਕੀ ਵਿਕਾਸ ਕੋਈ ਨਹੀਂ ਹੋਇਆ ਜੀ, ਜੋ ਪਹਿਲਾਂ ਮਤਲਬ ਵੀ ਜਿਹੜਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਅਤੇ BJP ਵੇਲੇ ਹੋਇਆ ਬਸ ਉਹੀ ਵਿਕਾਸ ਹੋਇਆ, ਬਾਅਦ 'ਚ 5 ਸਾਲ ਤਾਂ ਦੇਖੋ ਜੀ ਜੋ ਜਿੱਤ ਕੇ ਧੰਨਵਾਦ ਤੱਕ ਨਹੀਂ ਕਰਨ ਆਏ। ਉਹਨਾਂ ਦਾ ਮੇਨ ਵਾਅਦਾ ਸੀਗਾ ਓਵਰ ਬ੍ਰਿਜ ਬਣਨਾ, ਜਿਹੜਾ ਥੱਲੇ ਅੰਡਰ ਬ੍ਰਿਜ ਉਹ ਬਣ ਗਿਆ, ਮੇਨ ਵਾਕੀ ਸੜਕਾਂ ਸੁੜਕਾਂ ਤਾਂ ਉਹਨਾਂ ਦੇ ਕੰਮ ਤਾਂ ਹੋ ਰਹੇ ਨੇ, ਬਾਕੀ ਜਿਹੜੇ ਥੱਲੇ ਲੈਵਲ ਦੇ ਕੰਮ ਨੇ ਕੌਂਸਲਰ ਵਾਲਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਢਿੱਲਾ ਹੈ। ਲਾ ਰਹੇ ਹਾਂ ਸਰਕਾਰ, ਬਿਲਕੁਲ ਲਾ ਰਹੇ ਹਾਂ ਸਰਕਾਰ ਜੀ, ਮਤਲਬ ਵੀ ਲਾ ਰਹੇ ਜੀ ਕਿ ਮਤਲਬ ਵੀ ਜਦੋਂ ਜਾਣਾ ਜੀ ਆਹ ਮੈਂ ਕਰਤਾ ਉਹ ਕਰਤਾ, ਇੰਪਲੀਮੈਂਟ ਕੋਈ ਨਹੀਂ ਹੋਇਆ ਕਿਸੇ ਦਾ, ਹੈ ਪੱਕੇ ਦੀ ਕਾਂਗਰਸ ਪੱਕੇ ਕਾਂਗਰਸ ਗਿਆ ਮੰਤਰੀ, ਲੋਕਾਂ ਕਹਿੰਦਾ ਮੈਂ ਜੀ ਵੈਰ ਦੇਵਾਂਗਾ ਨੌਕਰੀ ਦੇਵਾਂਗਾ, ਉਹ 5 ਸਾਲ ਘਰੋਂ ਨਿਕਲੇ ਨਹੀਂ ਬਾਹਰ, ਉਹਨੇ ਕੀ ਕਰਨਾ? ਲੋਕ ਕਾਫੀ ਨਾਰਾਜ਼ ਲੱਗ ਰਹੇ ਨੇ। ਕੋਈ ਨਾਰਾਜ਼ ਨਹੀਂ ਹੈਗਾ, ਜਿੰਨੇ ਮਰਜ਼ੀ ਬੰਦੇ ਕੋਲ ਹੋ ਜਾਂਦੇ ਇੱਥੇ, ਇੱਥੋਂ ਸੀਟ ਸਿੱਧੂ ਹੀ ਕੱਢੇਗਾ। ਅੱਜ ਤੋਂ 15 ਸਾਲ 10 ਸਾਲ ਲਾ ਲਓ, ਕੋਈ ਗੰਦਾ ਪਾਣੀ ਇੰਨਾ ਅਜੇ ਅਤੇ ਘਰ ਘਰ ਜਾ ਕੇ ਤੁਹਾਨੂੰ ਹੁਣ ਵੀ ਕਿਸੇ ਘਰ ਗੰਦਾ ਪਾਣੀ ਹੋਊਗਾ, ਹੁਣ ਕੋਈ ਸਾਫ਼ ਪਾਣੀ ਨਹੀਂ। 5 ਸਾਲ 4.5 ਸਾਲ ਦੇ ਪਹਿਲਾਂ ਕੈਪਟਨ ਸਾਹਿਬ ਨਹੀਂ ਨਜ਼ਰ ਆਏ ਨਸ਼ੇ ਪੱਤਿਆਂ ਨੂੰ, ਫਿਰ ਰੋਗੀ ਸਾਹਿਬ ਤੋਂ ਪਹਿਲਾਂ ਮੁੱਦਾ ਹੀ ਇਹੀ ਚੁੱਕਣਾ ਚਾਹੀਦਾ ਹੈ, ਜਵਾਨੀ ਜਿਹੜੀ ਖਰਾਬ ਹੋਣ ਡੀ ਹੈ ਹਰ ਇੱਕ ਜਗ੍ਹਾ ਦੇ ਇਹੀ ਹਾਲ ਹੈ। ਵੇਖ ਰਹੇ ਹੋ ਕਿ ਸਰਕਾਰ ਕਿਹੜੀ ਵੇਖ ਰਹੀ? ਅਸੀਂ ਤਾਂ ਚਾਹੁੰਦੇ ਸਿੱਧੂ ਸਾਹਿਬ ਆਉਣ, ਬਾਕੀ ਅੱਗੋਂ ਸੰਗਤ ਦੀ ਮਰਜ਼ੀ ਹੈ ਨਾ, ਸੰਗਤ ਕੀ ਕਹਿੰਦੀ ਹੈ ਕੀ ਕਰਦੀ। ਦੇਖੋ ਯਾਰ ਕਿ ਅਸੀਂ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਸਭ ਤੋਂ ਵਧੀਆ, ਕਿਉਂਕਿ ਬੜੀਆਂ ਸਹੂਲਤਾਂ ਦਿੱਤੀਆਂ ਉਹਨਾਂ ਨੇ, ਮਾੜੇ ਤੋਂ ਮਾੜੇ ਬੰਦੇ ਨੂੰ ਵੀ ਦਾਲ ਆਟਾ ਦਿੱਤਾ ਵਾ। ਵੋਟ ਅਸੀਂ ਮਤਲਬ ਵੀ ਆਪਣਾ ਸ਼੍ਰੋਮਣੀ ਅਕਾਲੀ ਦਲ ਨੂੰ ਪਾਵਾਂਗੇ ਜੀ, ਜਿਨ੍ਹਾਂ ਨੇ ਮਤਲਬ ਸ਼ੁਰੂ ਤੋਂ ਸੰਗਤ ਸਕੀਮ ਦੇ ਵਿੱਚ ਜਿਹੜੇ ਕੰਮ ਬਾਦਲ ਸਾਹਿਬ ਕਰਦੇ ਰਹੇ ਆ, ਜਾਂ ਜਿੰਨੀਆਂ ਸਕੀਮਾਂ ਕੀਤੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਅਸੀਂ, ਜਿਹਨੇ ਪਹਿਲੇ MLA ਹੋਣਗੇ ਉਹਨਾਂ ਕੰਮ ਕੀਤੇ ਹੋਣਗੇ ਉਹ ਸਰਕਾਰ ਦੇ, ਉਹੀ MLA ਆ ਜਾਏਗਾ, ਉਹਦੇ ਉੱਥੇ ਪਾਰਟੀ ਲਾਏਗਾ। ਕਿਹੜੀ ਪਾਰਟੀ? ਮੈਂ ਸ਼੍ਰੋਮਣੀ ਅਕਾਲੀ ਦਲ। ਹਰ ਇੱਕ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਕਿ ਵਿਕਾਸ ਨੂੰ ਲੈ ਕੇ, ਪਰ 5 ਸਾਲ ਤਾਂ ਵਿਕਾਸ ਹੋਇਆ ਨਹੀਂ ਲੱਗਦਾ ਕਿ ਹੁਣ ਵਿਕਾਸ ਹੋਵੇਗਾ। ਇਸ ਟਾਈਮ ਅਸੀਂ ਮੌਜੂਦ ਹਾਂ ਨਵਜੋਤ ਸਿੰਘ ਸਿੱਧੂ ਜੋ ਇੱਥੋਂ ਦੇ ਵਿਧਾਇਕ ਨੇ ਉਹਨਾਂ ਦੇ ਇਲਾਕੇ ਦੇ ਵਿੱਚ, ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕ ਇੱਥੇ ਮੌਜੂਦ ਨੇ, ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ, ਲੋਕਾਂ ਦੇ ਨਾਲ ਖਾਸ ਬਾਤ ਗੱਲਬਾਤ ਦੁਕਾਨਦਾਰਾਂ ਨਾਲ ਕਰਾਂਗੇ, ਰੇਹੜੀ ਫਲੀ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿੱਦਾਂ ਵੇਖਿਆ, ਕਿੰਨਾ ਉਹਨਾਂ ਨੇ ਵਿਕਾਸ ਕਰਾਇਆ ਇਲਾਕੇ ਦੇ ਵਿੱਚ, ਅਤੇ ਹੁਣ ਜਿਹੜੀ ਉਹਨਾਂ ਟਿਕਟ ਮਿਲੀ ਆ ਕਿ ਲੱਗਦਾ ਕਿ ਵਿਕਾਸ ਹੋਵੇਗਾ ਕਿਤੇ ਨਾ ਕਿਤੇ ਪਾਰਟੀ ਬਾਜੀ ਨੂੰ ਲੈ ਕੇ, ਲੋਕ ਕਿੰਨੀ ਚੀਜ਼ ਨੂੰ ਸੋਚ ਰਹੇ ਨੇ ਵੇਖ ਸਕਦੇ ਹੋ। ਭਾਜੀ ਕੀ ਨਾਮ ਹੈ ਜੀ? ਰਾਜਕੁਮਾਰ ਜੀ। ਰਾਜਕੁਮਾਰ ਜੀ ਕਿੱਦਾਂ ਵੇਖ ਰਹੇ ਹੋ, ਇਸ ਕਿਹੜੇ ਇਲਾਕੇ 'ਚ ਰਹਿੰਦੇ ਹੋ? ਇਹੀ ਮੂਕੰਪੁਰਾ ਸਿੱਧੂ ਦੇ ਇਲਾਕੇ 'ਚ ਰਹਿ ਰਹੇ ਹੋ? ਹਾਂਜੀ। ਕਿੰਨਾ ਕੰਮ ਹੋਇਆ ਇਲਾਕੇ ਦੇ ਵਿੱਚ? ਕਾਮ ਕਿਆ ਜੋ ਹੈ ਤੁਹਾਰੇ ਸਾਹਮਣੇ ਹੈ, ਦੇਖ ਲਓ ਕਾਮ ਕਿਆ ਹੋ ਰਹਾ ਹੈ, ਕਾਮ ਅਗਰ ਕੋਈ ਹੋਏ ਨਾ, ਰੋਡ ਹੈ ਨਾ ਕੁਛ ਹੈ, ਕੋਈ ਵਿਵਸਥਾ ਨਹੀਂ ਇਸ ਕੀ। ਪਰ ਸਿੱਧੂ ਸਾਹਿਬ ਜੀ ਕਹਿੰਦੇ ਮੇਰੇ ਇਲਾਕੇ 'ਚ ਵਿਕਾਸ ਬਹੁਤ ਆ। ਕਿਆ ਵਿਕਾਸ ਹੈ ਦੇਖੋ, ਆ ਕੇ ਦੋ ਘੰਟੇ ਲੱਗ ਜਾਤਾ ਹੈ, ਤਿੰਨ ਘੰਟੇ ਲੱਗ ਜਾਤਾ ਹੈ ਫਾਟਕ ਪੇ, ਯਹੀ ਵਿਕਾਸ ਹੈ ਕਿ ਮਜ਼ਦੂਰ ਆਦਮੀ 2 ਘੰਟਾ ਫਸ ਗਿਆ ਤਾਂ ਫਸਾ ਰਹੇ, ਇਹ ਕਾਮ ਹੈ, ਸਾਲ ਸੇ ਉੱਪਰ ਹੋ ਗਿਆ ਇਹ ਪੁਲ ਬਣਤੇ ਬਣਤੇ, ਯਹੀ ਹੈ ਸਭ ਔਰ ਕਿਆ। ਸੜਕੇ ਵਗੈਰਾ ਕਿਆ ਸਹੀ ਹੈ? ਸੜਕੇ ਠੀਕ ਹੈ, ਜੋ ਚੱਲ ਰਹੀ ਹੈ ਸਰਕਾਰ ਕੀ ਵਹੀ ਚੱਲ ਰਹੀ ਹੈ ਔਰ ਕਿਆ। ਅਭੀ ਤੋ ਟਿਕਟ ਵੀ ਮਿਲ ਗਈ ਫਿਰ ਨਵਜੋਤ ਸਿੰਘ ਸਿੱਧੂ ਕੋ? ਟਿਕਟ ਤੋ ਮਿਲੇਗੀ ਭਾਈ, ਜੀਤੇਗਾ ਵੀ, ਐਸੀ ਬਾਤ ਨਹੀਂ। ਪਰ ਆਪ ਤੋ ਬੋਲ ਰਹੇ ਕਿ ਵਿਕਾਸ ਨਹੀਂ ਹੋਆ? ਜਬ ਵਿਕਾਸ ਹੋਗਾ ਨਹੀਂ, ਆਪਕੇ ਸਾਹਮਣੇ ਹੈ, ਦੇਖ ਰਹੋ ਆਪ ਵੀ, ਘੁੰਮ ਫਿਰ ਕੇ ਦੇਖ ਲਓ, ਆਪਕੋ ਪਤਾ ਲੱਗ ਜਾਏਗਾ ਕਿਤਨਾ ਵਿਕਾਸ ਹੈ। ਬਲਕਿ ਜੀ ਹੋਰ ਵੀ ਲੋਕ ਮੌਜੂਦ ਨੇ, ਗੱਲਬਾਤ ਕਰਾਂਗੇ। ਵੀ ਕੀ ਨਾਮ ਹੈ ਜੀ? ਜਸਵਿੰਦਰ ਕੌਰ। ਕਿਹੜੇ ਇਲਾਕੇ 'ਚ ਰਹਿ ਰਹੇ ਤੁਸੀਂ? ਗੋਨਾ ਸਾਹਿਬ। ਕਿੱਦਾਂ ਦੇਖ ਰਹੇ ਹੋ ਇਲਾਕੇ ਨੂੰ? ਬਹੁਤ ਸੋਹਣਾ ਸਰ। ਗੰਦਗੀ ਗੁੰਦਗੀ ਕਿੱਦਾਂ? ਗੰਦਗੀ ਤਾਂ ਚਲੋ ਹੈ ਹੀ ਆ, ਕੋਈ ਕਿ ਗਰੀਬ ਵਾਲੀ ਗਰੀਬ ਦੀ ਨਾ ਕਿਸੇ ਸੁਣਨੀ ਅਤੇ ਨਾ ਕਿਸੇ ਸੁਣੀ ਅੱਜ ਤਾਈਂ, ਠੀਕ ਹੈ। ਸੀਟ ਵਾਲੀ ਸੀਟ ਮਿਲ ਗਈ, ਠੀਕ ਹੈ। ਗਰੀਬ ਨੂੰ ਕੋਈ ਨੀ ਕੁਛ ਦਿੰਦਾ, ਸਿਰਫ ਵੋਟ ਪਾਏ ਦਿਨ ਆਉਂਦੇ ਆ, ਆਹੋ ਭਾਈਆ ਕਹਿੰਦੇ ਆ, ਮੁੜ ਕੇ ਕੋਈ ਪੁੱਛਦਾ ਨੀ। ਥਾਣੇ ਚਲ ਜਾਓ, ਕਹਿੰਦੇ ਦੋ ਇਹਨੇ ਫਲਾਨੇ ਇੰਨੇ ਇੰਨੇ ਪੈਸੇ ਦੋ, ਤੁਹਾਡਾ ਫੈਸਲਾ ਕਰਾਈਏ,
ਕੋਈ ਹੈ ਗਰੀਬ ਦਾ ਕੁਛ? ਸਿੱਧੂ ਸਾਹਿਬ ਨੂੰ ਕਿਦਾਂ ਵੇਖ ਰਹੇ ਹੋ? ਸਿੱਧੂ ਸਾਹਿਬ ਠੀਕ ਹੈ, ਬਹੁਤ ਸੋਹਣਾ ਕੀਤਾ ਉਹਨੇ ਜਲਦੀ ਜਲਦੀ ਆ, ਕਿਤੇ ਗਰੀਬ ਦਾ ਤਾਂ ਕੁਛ ਨਹੀਂ ਸੋਚਿਆ, ਸੋਚਿਆ ਉਹ ਕਿਸੇ ਅਮੀਰ ਦਾ ਜਾਂ ਕਿਸੇ ਆਪਣੇ ਭਰਾ ਜਿਮੀਦਾਰ ਦਾ, ਕਿਉਂ ਮਜ਼ਬੀ ਦਾ ਕਿਸੇ ਗਰੀਬ ਦਾ ਬਈਏ ਦਾ ਕੁਛ ਨਹੀਂ ਸੋਚਿਆ ਕਿਸੇ ਨੇ, ਨਾ ਕਿਸੇ ਨੂੰ ਪਹੁੰਚਦਾ ਹੀ ਆ ਕੁਛ ਨਾ। ਲੋਕ ਕਈ ਖੁਸ਼ ਵੀ ਨੇ ਅਤੇ ਕਈ ਨਾਰਾਜ਼ ਵੀ ਲੱਗ ਰਹੇ ਨੇ ਸਿੱਧੂ ਸਾਹਿਬ ਤੋਂ, ਅਤੇ ਕਿਹਾ ਜਾ ਰਿਹਾ ਸਿੱਧੂ ਸਾਹਿਬ ਦੇ ਵੱਲੋਂ ਕੰਮ ਵੀ ਕੀਤੇ ਜਾ ਰਹੇ ਨੇ, ਪਰ ਸ਼ੁਰੂਆਤ ਅਸੀਂ ਉਹਨਾਂ ਦੇ ਇਲਾਕੇ ਤੋਂ ਕੀਤੀ ਆ, ਵੇਖ ਸਕਦੇ ਹੋ ਕਿ ਗੰਦਗੀ ਦੇ ਕੂੜੇ ਦੇ ਢੇਰ ਨੇ ਲੱਗੇ ਹੋਏ ਨੇ, ਅਤੇ ਲੋਕ ਇੱਥੋਂ ਮੂੰਹ ਢੱਕ ਕੇ ਲੰਘ ਰਹੇ ਨੇ ਕਿਉਂਕਿ ਸਮੈਲ ਹੀ ਇੰਨੀ ਇੱਥੇ, ਇਸ ਕਰਕੇ ਮੂੰਹ ਢੱਕ ਕੇ ਲੋਕ ਲੰਘ ਰਹੇ ਨੇ, ਅਤੇ ਲੋਕਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਕੰਮ ਤਾਂ ਸਿੱਧੂ ਸਾਹਿਬ ਨੇ ਕੀਤੇ ਨੇ ਪਰ ਬਹੁਤ ਕੰਮ ਘੱਟ ਕੀਤੇ ਨੇ, ਜਿੰਨੇ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਕੀਤੇ। ਐਂਟਰ ਹੁੰਦਾ ਇੱਕ ਡੇਅਰੀ ਆ, ਡੇਅਰੀ ਵਾਲੇ ਨਾਲ ਪਹਿਲਾਂ ਸ਼ੁਰੂਆਤ ਅਸੀਂ ਕਰਦੇ ਹਾਂ ਕਿ ਡੇਅਰੀ ਵਾਲੇ ਕੀ ਸੋਚਦੇ ਨੇ ਇਸ ਗੱਲ ਨੂੰ ਲੈ ਕੇ ਕਿ ਨਵਜੋਤ ਸਿੰਘ ਸਿੱਧੂ ਨੇ ਕਿੰਨਾ ਵਿਕਾਸ ਕਰਾਇਆ। ਹਾਂਜੀ ਸਰ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਵੇਦ ਪ੍ਰਕਾਸ਼ ਭਾਈ। ਕਿਹੜਾ ਇਲਾਕਾ ਤੁਹਾਡਾ? ਜੋੜਾ ਫਾਟਕ। ਇਸ ਤੋਂ ਲੈ ਕੇ ਕਿਹਦਾ ਪੈਂਦਾ? ਇਹ ਕ੍ਰਿਸ਼ਨਾ ਨਗਰ। ਵਿਧਾਇਕ ਕੌਣ ਇੱਥੋਂ ਦੇ? ਨਵਜੋਤ ਸਿੰਘ ਸਿੱਧੂ ਸਾਹਿਬ। ਕਿੰਨਾ ਵਿਕਾਸ ਕਰਾਇਆ ਇਲਾਕੇ ਦੇ ਵਿੱਚ ਉਹਨਾਂ ਨੇ? ਵਿਕਾਸ ਭਾਜੀ ਹੋ ਹੀ ਰਿਹਾ, ਉਹਨਾਂ ਦਾ ਵਿਕਾਸ ਚੱਲ ਹੀ ਰਿਹਾ, ਉਹਨਾਂ ਦਾ ਵੇਖੋ ਆ ਪੁਲ ਵੀ ਤਿਆਰ ਹੋ ਰਿਹਾ, ਜਿਹੜਾ 24 ਕਰੋੜ ਦਾ ਮੇਰੇ ਹਿਸਾਬ ਨਾਲ ਪ੍ਰੋਜੈਕਟ ਪਾਸ ਹੋਇਆ ਸੀ, ਅਤੇ ਕੰਮ ਕਦੋਂ ਦਾ ਰੁਕਿਆ ਸੀ ਇਹ 30-40 ਸਾਲ ਪੁਰਾਣਾ ਕੰਮ ਰੁਕਿਆ ਸੀ, ਅਤੇ ਜਨਤਾ ਬੜੀ ਪਰੇਸ਼ਾਨ ਹੁੰਦੀ ਸੀ ਇੱਥੇ, ਹੋ ਵੀ ਰਹੀ ਹੈ ਇਸ ਟਾਈਮ 'ਤੇ, ਚਲੋ ਮਤਲਬ ਰਸ਼ ਬਹੁਤ ਪੈ ਜਾਂਦਾ ਜੋੜੇ ਫਾਟਕ ਦੇ ਵਿੱਚ, ਅਤੇ ਇਹ ਪੁਲ ਬਣਨ ਦੇ ਨਾਲ ਬਹੁਤ ਜ਼ਿਆਦਾ ਸਹੂਲਤ ਹੋਈ ਨਹੀਂ ਇਲਾਕੇ ਨੂੰ। ਗਲੀਆਂ ਸਾਰੀਆਂ ਕੰਪਲੀਟ ਹੋ ਗਈਆਂ ਭਾਜੀ, ਸਾਰੀਆਂ ਗਲੀਆਂ 'ਚ ਟੈਲਾਂ ਲੱਗੀਆਂ ਇਹਦੇ ਨਾਲ ਦੀਆਂ, ਸਾਰੀਆਂ ਟੈਲਾਂ ਲੱਗ ਗਈਆਂ। ਜੋ ਸਿੱਧੂ ਸਾਹਿਬ ਨੇ ਵਾਅਦੇ ਕੀਤੇ ਪੂਰੇ ਕੀਤੇ? ਕਰ ਹੀ ਰਹੇ ਨੇ ਭਾਜੀ, ਸਾਰੇ ਕਰ ਰਹੇ ਵਾਅਦੇ ਪੂਰੇ। ਵੋਟ ਫਿਰ ਕਿਹਨੂੰ ਪਾ ਰਹੇ ਹੋ? ਸਾਡੀ ਤਾਂ ਕਾਂਗਰਸ ਨੂੰ ਜਾਂਦੀ। ਅੱਛਾ, ਕਾਂਗਰਸ ਨਹੀਂ ਪਾਊਗੀ? ਕਾਂਗਰਸ ਨਹੀਂ ਪਾਊਗੀ। ਵਿਕਾਸ ਤਾਂ ਹੋਇਆ, ਚਲੋ ਥੋੜ੍ਹਾ ਬਹੁਤ ਹੀ ਹੋਇਆ ਅਜੇ। ਸਿੱਧੂ ਸਾਹਿਬ ਇਲਾਕੇ 'ਚ ਕਿੰਨਾ ਹੁੰਦੇ ਰਹੇ? ਹੁਣ ਆਉਂਦੇ ਆ, ਹੁਣ ਲਗਾਤਾਰ ਆਉਂਦੇ ਆ। ਹੁਣ ਤਾਂ ਵੋਟਾਂ ਇਹਨਾਂ ਦਾ ਆਮ ਤਾਂ? ਹਾਂਜੀ ਹਾਂਜੀ। ਪਹਿਲਾਂ ਜੋ ਇਲੈਕਸ਼ਨਾਂ ਤੋਂ ਬਾਅਦ ਫਿਰ ਬਹੁਤ ਘੱਟ ਹੀ ਨਜ਼ਰ ਆਏ, ਪਰ ਲੱਗਦਾ ਕਿ ਸਿੱਧੂ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਇਲਾਕੇ ਦੇ ਨਾਲ ਉਹ ਪੂਰੇ ਹੋਏ ਆ। ਸੱਚਾਈ ਦੱਸੋ। ਕੁਛ ਕੁਛ ਹੋਏ ਅਤੇ ਬਾਕੀ ਬਾਕੀ ਮੈਂ ਕਹਿ ਨਹੀਂ ਸਕਦਾ। ਕਿ ਫਿਰ ਵੋਟ ਕਿਹਨੂੰ ਪਾਓਗੇ? ਆਹੋ ਮੁੰਡੇ ਖਲੋਤੇ ਆ ਉਹਨਾਂ ਨੂੰ ਵੋਟ ਕਿਹਨੂੰ ਪਾਓਗੇ ਯਾਰ? ਵੋਟ ਅਜੇ ਕੁਛ ਸੋਚਿਆ ਨਹੀਂ ਕੁਛ। ਅੱਛਾ, ਪਜਲ ਹੋ ਗਿਆ ਕਿ ਕਿਹੜੀ ਮੈਂ ਪਾਰਟੀ ਨੂੰ ਵੋਟ ਪਾਵਾਂ ਜਿਹੜਾ ਵਿਕਾਸ ਕਰਾਵੇ? ਹਾਂਜੀ। ਭਲਾ ਕਿੱਦਾਂ ਪੰਜਾਬ ਦਾ ਹੋਵੇਗਾ? ਤੁਸੀਂ ਵੀ ਇੱਕ ਵੋਟਰ ਹੋ, ਤੁਸੀਂ ਵੋਟ ਆਪਣੀ ਸੋਚ ਸਮਝ ਕੇ ਯਾਰ ਕੀ ਪਾਓਗੇ? ਭਲਾ ਇੱਦਾਂ ਹੀ ਹੈ, ਜੇ ਲੀਡਰਾਂ ਨੂੰ ਚਾਹੀਦਾ ਵੀ ਕੁਛ ਪਬਲਿਕ ਦਾ ਸੋਚਣ, ਆਪਣੀਆਂ ਵਾਟਾਂ ਦਾ ਸੋਚਣ। ਹਾਂਜੀ, ਵੈਸੇ ਪਾਰਟੀ ਤਾਂ ਕੋਈ ਸੋਚੀ ਹੋਊਗੀ? ਨਹੀਂ, ਪਾਰਟੀ ਸੋਚੀ ਹੁਣ ਦੱਸ ਨਹੀਂ ਸਕਦੇ ਦੱਸ ਨਹੀਂ ਸਕਦੇ, ਮੌਕੇ ਦੇ ਉੱਤੇ ਤੀਰ ਮਾਰੋਗੇ। ਬਿਲਕੁਲ ਜੀ, ਲੋਕ ਇੱਥੇ ਮੌਜੂਦ ਨੇ, ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਬਾਬੇ ਕੀ ਨਾਮ ਜੀ? ਮੇਰਾ ਸੁਣੀ ਬਕਾਲੀਆ। ਹਾਂਜੀ, ਕਿੰਨੇ ਚਿਰ ਤੁਸੀਂ ਰਹਿ ਰਹੇ ਇਲਾਕੇ ਦੇ ਵਿੱਚ? ਇੱਥੇ ਬੜੇ ਪੁਰਾਣੇ ਨੇ। ਅਤੇ ਕਿੱਦਾਂ ਵੇਖ ਰਹੇ ਹੋ ਸਿੱਧੂ ਸਾਹਿਬ ਨੇ ਕਿੰਨੇ ਕੰਮ ਕੀਤੇ ਇਲਾਕੇ 'ਚ? ਉਹ ਵੇਖੋ ਜੀ, ਬੰਦਾ ਲੱਭਾ ਨਹੀਂ ਗਾ, ਆਇਆ ਨਹੀਂ। ਅੱਛਾ, ਬਾਅਦ ਹੁਣ ਪ੍ਰੀਤ ਨਗਰ ਸੜਕਾਂ ਬਣਾ ਦੀਆਂ, ਉਹ ਕੰਮ ਕਰਦਾ ਨੇ, ਬਾਕੀ ਇਲਾਕੇ ਦਾ ਕੋਈ ਵਿਗਾੜ ਨਹੀਂ ਅੱਜ ਤੱਕ ਹੋਇਆ। ਕਿਹੜਾ ਵਿਗਾੜ ਵੇਖ ਦੇਵੋ? ਕੀ ਵਿਗਾੜ? ਸਿੱਧੂ ਸਾਹਿਬ ਕਹਿੰਦੇ ਮੈਂ ਇਲਾਕੇ 'ਚ ਬੜੇ ਕੰਮ ਕੀਤੇ। ਮੈਂ ਦੱਸੋ ਕਿਹੜਾ ਵਿਗਾੜ, ਦੱਸੋ ਕਿਹੜਾ ਕੀ ਕੀਤਾ ਕੰਮ? ਯਾਰ ਕਿ ਫਿਰ ਵੋਟ ਕਿਹਨੂੰ ਪਾਓਗੇ? ਮੈਂ ਕਿਹਾ ਕਿਹਨੂੰ ਪਾਉਣਾ ਉਹਦੇ ਵਿੱਚ? ਮੈਂ ਸੋਚਿਆ ਤਾਂ ਹੋਏਗਾ ਕਿ ਜਿਹੜਾ ਪੰਜਾਬ ਦਾ ਭਲਾ ਕਰੇ। ਬੀਬੀ 'ਚ ਆਈ ਹੈ ਪੰਜਾਬ ਦਾ ਕੋਈ ਭਲਾ ਕਰ, ਪੰਜਾਬ ਦੀ ਗਰੀਬੀ ਦੂਰ ਕਰਨ, ਉਹ ਗਰੀਬ ਭੈਣ ਦੂਰ ਕਰ ਦਿੰਦੇ। ਯਾਰ ਕਿ ਫਿਰ ਵੋਟ ਸੋਚ ਸਮਝ ਕੇ ਪਾਓਗੇ? ਹਾਂ, ਸੋਚ ਸਮਝ ਥੋੜ੍ਹੀ ਬਣੀ, ਵੋਟ ਜਿਹਨੇ ਬਣੀ ਕਿਹਨੂੰ ਪਾਓਗੇ? ਅਸੀਂ ਤਾਂ ਪੱਕੇ ਕਾਂਗਰਸੀ। ਮੰਤਰੀ ਲੋਕਾਂ ਕਹਿੰਦਾ ਮੈਂ ਜੀ ਵੈਲ ਦੇਵਾਂਗਾ, ਨੌਕਰੀ ਦੇਵਾਂਗਾ, ਉਹ 5 ਸਾਲ ਘਰੋਂ ਨਿਕਲੇ ਨੀ ਬਾਹਰ, ਉਹਨੇ ਕੀ ਕਰਨਾ? 5 ਸਾਲ ਸੁਣਦੂਗਾ ਜੇ ਪਾਪਾ ਤਾਂ ਬੈਠਾ, ਮੰਤਰੀ ਬੈਠਾ, ਜਿਹੜਾ ਕਾਂਗਰਸ ਮੰਤਰੀ ਕਾਂਗਰਸ ਪਾਪਾ, ਉਹ ਨਿਕਲਿਆ ਨੀ 5 ਸਾਲ ਆਪਣੇ ਅੰਦਰ ਬੜਿਆ ਗਰੀਬਾਂ ਨੇ। ਮੈਂ ਜੀ ਤੁਹਾਨੂੰ ਨੌਕਰੀ ਲੋਕਾਂ ਨੂੰ ਪਾਈ ਨੌਕਰੀ ਦਿੱਤੀ ਵੀ ਵੋਟ ਪਾਵਾਂਗੇ, ਨੌਕਰੀ ਦੇਵਾਂਗਾ, ਦੁਬਾਰ ਦੇਵਾਂਗਾ, ਉਹਨੇ ਕੱਖ ਨਹੀਂ ਦਿੱਤਾ। ਕੀ ਦਿੱਤਾ ਲੋਕਾਂ ਨੂੰ? ਵੋਟ ਪਾਤੀ ਕਾਂਗਰਸ? ਲੱਗਦਾ ਕਿ ਆਮ ਲੋਕਾਂ ਦਾ ਨਹੀਂ ਸੋਚਿਆ ਜਾਂਦਾ। ਨਾ ਖੁਸ਼ ਹੋ ਜੀ। ਯਾਰ ਕੀ ਫਿਰ ਵੋਟ? ਮੈਂ ਕੋਲ ਕਹਿੰਦੇ ਬੰਦੇ ਮਾਰ ਕੇ ਜਾਣਾ। ਸਿੱਧੂ ਸਾਹਿਬ ਨੂੰ ਪਾਓਗੇ? ਮੈਂ ਕਹਾਂ ਮਾਰੇ ਜਾਣਾ, ਅਸੀਂ ਤਾਂ ਕਾਂਗਰਸ ਪੱਕੇ ਗੱਲ ਕਰਦੇ ਪਏ, ਇੱਕ ਮਗਰ ਵੋਟ ਗਏ ਹੁਣ ਕੰਮ ਨੂੰ ਕੋਈ ਇਲਾਕੇ ਦਾ ਕਰਾਂਗੇ। ਕੁਛ ਲੋਕ ਨਾਰਾਜ਼ ਵੀ ਲੱਗ ਰਹੇ ਨੇ ਆਵਾਜਾਈ ਦੇ ਲੋਕ ਕਿਤੋਂ ਜਿਹੜੇ ਕਰ ਰਹੇ ਉਹਨਾਂ ਨਾਲ ਅਸੀਂ ਖਾਸ ਗੱਲਬਾਤ ਕਿਉਂਕਿ ਇਲਾਕਾ ਨਿਵਾਸੀਆਂ ਨੇ ਅਸੀਂ ਗੱਲਬਾਤ ਕਰਾਂਗੇ। ਕੀ? ਹਾਂਜੀ, ਲੋਕ ਨਾਰਾਜ਼ ਬੜੇ ਆ। ਕਿਹਨਾਂ ਤੋਂ ਨਾਰਾਜ਼ ਆ? ਕਈਆਂ ਕਾਂਗਰਸ ਪਾਰਟੀ ਕੋਈ ਨਾਰਾਜ਼ ਬੜੇ, ਲੋਕਾਂ ਨੇ ਵੋਟ ਪਾਈ ਵੀ ਕੁਛ ਕਰੇਗਾ ਕਾਂਗਰਸ ਕਰੇਗੀ, ਕਾਂਗਰਸ ਕੀ ਕੀਤਾ? ਨੌਕਰੀ ਦੇਵਾਂ ਕੁਛ ਨੀ, ਕੋਈ ਵੱਡਾ ਬਾਤ ਆ ਲੋਕਾਂ ਦੁਨੀਆਂ ਵੱਡਾ ਹੀ ਬਾਤ ਆ, ਨਾ ਕਿਸੇ ਦਾ ਕਾਰੋਬਾਰ ਤਾਂ ਨਾ ਗੱਲਬਾਤ, ਦੁਨੀਆਂ ਭੁੱਖੀ ਮਰਦੀ ਵੀ। ਸਰਕਾਰਾਂ ਦਾ ਕਹਿੰਦਾ 36,000 ਮੁਲਾਜ਼ਮ ਅਸੀਂ ਪੱਕਾ ਕੀਤਾ, 36,000 ਨੌਕਰੀ ਦਿੱਤੀ ਪੰਜਾਬ 'ਚ। ਕਿੱਥੇ ਦਿੱਤੀ ਨੌਕਰੀ? ਲੱਭਾ ਨੀ ਨੌਕਰੀ ਦਿੱਤੀ, ਕਿਹਨੂੰ ਦਿੱਤੀ ਨੌਕਰੀ? ਕਿੱਦਾਂ 10-15 ਨੌਕਰੀ ਦਿੱਤੀ, ਬਾਕੀ ਮੈਨੂੰ ਨੌਕਰੀ ਦਿੱਤੀ। ਅੱਛਾ, ਆਪਣੇ ਸਕਿਆਂ ਨੂੰ ਨੌਕਰੀ ਦਿੱਤੀ ਮੰਤਰੀਆਂ ਨੇ? ਮੰਤਰੀਆਂ ਨੇ ਆਪਣੇ ਇਲਾਕੇ ਨੇ ਕਿਹਾ ਵੀ ਲੋਕਾਂ ਨੇ ਮੈਂ ਵੋਟ ਪਾਓ, ਨੌਕਰੀ ਕਰ ਨੌਕਰੀ ਦੇਵਾਂਗਾ,
ਬਿਲਕੁਲ ਜੀ, ਕਾਫੀ ਲੋਕਾਂ ਦੀ ਸ਼ਿਕਾਇਤ ਵੀ ਲੱਗ ਰਹੀ ਹੈ ਸਿੱਧੂ ਸਾਹਿਬ ਤੋਂ ਅਤੇ ਸਰਕਾਰ ਤੋਂ ਵੀ ਸ਼ਿਕਾਇਤ ਲੱਗ ਰਹੀ ਆ ਕਿ ਜੋ ਵਾਅਦੇ ਕੀਤੇ ਨੇ ਸਰਕਾਰ ਦੇ ਨਾਲ ਉਹ ਤਾਂ ਕਿਤੇ ਪੂਰੇ ਨਹੀਂ ਕੀਤੇ। ਹੋਰ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰਾਂਗੇ, ਲੋਕ ਕੀ ਕਹਿੰਦੇ ਨੇ। ਹਾਂਜੀ, ਕੀ ਨਾਮ ਹੈ ਭਾਪਾ ਜੀ? ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਮਨਾ ਦਾਸ। ਹਾਂਜੀ, ਕਾਹਦੀ ਦੁਕਾਨ ਪਈ? ਮਾਲਚ ਦੀ। ਕਿੰਨੇ ਚਿਰ ਤੋਂ ਦੁਕਾਨ ਇਸ ਇਲਾਕੇ ਦੀ? 12 ਸਾਲ ਹੋ ਗਏ। ਉਹ ਭਾਈ ਕਿੱਦਾਂ ਦੇਖ ਰਹੇ ਹੋ, ਇਲੈਕਸ਼ਨਾਂ ਲੱਗ ਆ ਰਹੀਆਂ, ਹਰ ਪਾਰਟੀ ਨੂੰ ਗਰੰਟੀਆਂ ਦਿੱਤੀਆਂ ਜਾ ਰਹੀਆਂ, ਸਿੱਧੂ ਸਾਹਿਬ ਨੇ ਕਿੰਨਾ ਵਿਕਾਸ ਕੀਤਾ ਲੱਗ ਰਿਹਾ? ਮਾਰੇ ਸਿੱਧੂ ਸਾਹਿਬ ਦਾ ਬਹੁਤ ਰਿਕਾਰਡ ਹੈ ਇੱਥੇ, ਬਹੁਤ ਫਾਇਦਾ ਕਰਦਾ, ਹਰ ਬੰਦੇ 'ਚ ਸੁਣਦਾ ਵੀ ਹੈ ਔਰ ਕੰਮ ਵੀ ਕਰਕੇ ਦਿੰਦਾ। ਪਰ ਕਈ ਲੋਕ ਨਾਰਾਜ਼ ਲੱਗ ਰਹੇ ਕਿ ਸਿੱਧੂ ਸਾਹਿਬ, ਦੇਖੋ ਜੀ ਆਪੋ ਆਪਣੀ ਕਿਸੇ ਦਿਨ ਮੌਜ ਜਿੱਦਾਂ ਕਿਸੇ ਦਾ ਦਿਲ ਕਰੇ, ਆਪਣੇ ਵਾਸਤੇ ਤਾਂ ਬਹੁਤ ਚੰਗਾ ਗਾ ਔਰ ਚੰਗੇ ਕੰਮ ਕਰਦਾ, ਮਾੜੇ ਕੰਮ ਨਹੀਂ ਕਰਦਾ। ਜਿਹੜਾ ਜੇ ਤੁਸੀਂ ਲੱਗ ਜਾ ਰਹੇ, ਲੱਗਦਾ ਕਿ ਵਿਕਾਸ ਹੋਇਆ? ਹਾਂਜੀ ਬਿਲਕੁਲ, ਬਹੁਤ ਕੁਛ ਕੀਤਾ ਉਹਨੇ, ਇੱਥੇ ਸਾਡੇ ਗੰਦ ਨਹੀਂ ਮੁਕਦਾ, ਦੇਖੋ ਗੰਦ ਉਹਨੇ ਹੀ ਮੁਕਾਇਆ। ਵੋਟ ਫਿਰ ਕਿਹਨੂੰ ਪਾ ਰਹੇ? ਕੋਸ਼ਿਸ਼ ਤਾਂ ਉੱਧਰ ਹੀ ਹੈ ਵੈਸੇ, ਬਾਕੀ ਫਿਰ ਮੌਕਾ ਦੇਖ ਕੇ ਕੀਤੀ ਇਹ ਗੱਲ। ਇਹ ਕਿਉਂ ਸੋਚ ਰਹੇ ਹੋ ਕਿ ਤੁਸੀਂ ਕੋਸ਼ਿਸ਼ ਮੌਕਾ ਕਈ ਲੱਗਦੇ ਹੋ ਕਿ ਉਹ ਗੱਲ ਪਤਾ ਜੀ, ਨਾ ਜਾਣੇ ਕੋਈ ਗੱਲਬਾਤ ਹੋ ਜਾਵੇ ਫਿਰ ਬੰਦਾ ਮੁੜ ਕੇ ਦੂਜੇ ਕੋਲ ਕੰਮ ਨਹੀਂ ਲੈ ਸਕਦਾ। ਅੱਛਾ, ਕਿਉਂ ਇਹ ਤਾਂ ਬੰਦਾ ਬਹੁਤ ਬੀਮਾਰ ਨਹੀਂ ਹੈ, ਲੱਗਦਾ ਕਿ ਐਰ ਕੀ ਸੋਚ ਸਮਝ ਕੇ ਥੋੜ੍ਹੀ ਵੋਟ ਪਾਉਣੀ ਪਊਗੀ? ਨਹੀਂ, ਵੋਟ ਤਾਂ ਵੈਸੇ ਕੋਸ਼ਿਸ਼ ਇੱਧਰ ਹੀ ਹੈਗੀ, ਕੋਸ਼ਿਸ਼ ਹੈਗੀ ਸਿੱਧੂ ਨਹੀਂ ਪਊਗੀ। ਕਿਹੜਾ ਇਲਾਕਾ ਜੀ? ਜੋੜਾ ਫਾੜ ਕ੍ਰਿਸ਼ਨਾ ਨਗਰ। ਐਮਐਲਏ ਕੌਣ ਇੱਥੋਂ? ਸਿੱਧੂ ਸਾਹਿਬ ਜੀ। ਭਾਅ ਜੀ ਕਿੰਨਾ ਵਿਕਾਸ ਹੋਇਆ, ਕਿੰਨੇ ਚਿਰ ਤੋਂ ਰਹਿ ਰਹੇ ਹੋ ਪਹਿਲਾਂ? ਮੈਂ 15 ਸਾਲ ਤੋਂ ਭਾਅ ਜੀ ਇੱਥੇ ਰਹਿੰਦੇ। ਕਿੰਨਾ ਵਿਕਾਸ ਹੋਇਆ? ਫਾਟਕ 'ਤੇ ਭਾਅ ਜੀ ਪਤਾ ਲੱਗ ਜਾਣਾ, ਫਾਟਕ ਵੱਲ ਨੂੰ ਜਾਓਗੇ ਉੱਥੇ ਪਤਾ ਲੱਗ ਜਾਣਾ, ਬਹੁਤ ਸੋਹਣਾ ਵਿਕਾਸ ਹੋਣ ਡਿਆ, ਥੋੜ੍ਹਾ ਬਹੁਤਾ ਹੋਇਆ, ਪੂਰਾ ਨਹੀਂ ਇੰਨਾ, ਜਾਣੀ ਕਿ ਸਿੱਧੂ ਸਾਹਿਬ ਕਦੀ ਲੱਗ ਕੇ ਜਾਏ? ਜੋ ਇਹ ਇਲੈਕਸ਼ਨ ਹੁਣ ਆਉਣ ਵਾਲੀ, ਹੁਣ ਸਿੱਧੂ ਸਾਹਿਬ ਹੋਣਾ ਨੇ ਇੱਥੇ ਜਾਣਾ ਭਾਅ ਜੀ। ਪਹਿਲਾਂ 4.5 ਸਾਲ ਫਿਰ ਸਿੱਧੂ ਭਾਅ ਜੀ ਹੁਣ ਸੌਂ ਜਾਂਦੇ ਨੇ, ਫਿਰ ਉਹ ਬਾਅਦ ਵਿੱਚ ਜਦੋਂ ਹੋਣ ਆਉਣਗੇ ਫਿਰ ਪਤਾ ਲੱਗੇਗਾ ਕਿ ਸਿੱਧੂ ਸਾਹਿਬ ਆਏ ਨੇ ਸ਼ਾਇਦ ਕੰਮ ਕੀਤੇ ਨੇ। ਐਰ ਕੀ ਵੇਖਦੇ ਹਾਂ ਭਾਈ, ਜਿਹੜੀ ਸਰਕਾਰ ਚੰਗਾ ਕੰਮ ਕਰੇਗੀ ਉਹਨਾਂ ਨੂੰ ਵੋਟ ਪਾਵਾਂਗੇ। ਜੋ ਵੀ ਹੈ ਤੁਹਾਡੇ ਸਾਹਮਣੇ ਹੀ ਹੈ ਭਾਅ ਜੀ, 5 ਸਾਲ 4.5 ਸਾਲ ਦੇ ਪਹਿਲਾਂ ਕੈਪਟਨ ਸਾਹਿਬ ਨਹੀਂ ਨਜ਼ਰ ਆਏ ਨਸ਼ੇ ਪੱਤਿਆਂ ਨੂੰ, ਫਿਰ ਉਹ ਵੀ ਸਭ ਤੋਂ ਪਹਿਲਾਂ ਮੁੱਦਾ ਹੀ ਇਹੀ ਚੁੱਕਣਾ ਚਾਹੀਦਾ ਹੈ, ਜਵਾਨੀ ਜਿਹੜੀ ਖਰਾਬ ਹੋਣ ਦੀ ਹੈ ਹਰ ਇੱਕ ਜਗ੍ਹਾ 'ਤੇ ਇਹੀ ਹਾਲ ਹੁੰਦਾ। ਪਰ ਹਰ ਇੱਕ ਪਾਰਟੀ ਤੋਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਭਾਅ ਜੀ, ਇੱਥੇ ਸੋਹਾਂ ਖਾ ਕੇ ਮੁੱਕਰ ਜਾਂਦੇ ਨੇ ਕੈਪਟਨ ਸਾਹਿਬ ਹੋਣੀ, ਬਾਅਦ 'ਚ ਆਏ ਨਹੀਂ ਨਜ਼ਰ, ਉਹ ਚੰਨੀ ਸਾਹਿਬ ਵਿਚਾਰੇ ਹੁਣ ਨੂੰ ਫਸਾਤਾ 3 ਮਹੀਨਿਆਂ 'ਚ, ਹੁਣ ਉਹਨਾਂ ਦੀ ਬਿਆਨਬਾਜ਼ੀ ਹੋਣ ਦੀ। ਲੱਗਦਾ ਕਿ ਆਮ ਲੋਕ ਹੀ ਇਹਦੇ ਵਿੱਚ ਪੀਸੇ ਜਾਂਦੇ? ਬਿਲਕੁਲ ਜੀ ਬਿਲਕੁਲ, ਮਾਰੇ ਬੰਦਾ ਜਿੰਨੇ ਵੀ ਧੱਕਾ ਲੱਗਦਾ ਮਾਰੇ ਬੰਦੇ ਨੂੰ ਲੱਗਦਾ ਸਰ। ਫਿਰ ਬੋਰਡ ਸੋਚ ਸਮਝ ਕੇ ਭਾਈ? ਹਾਂਜੀ ਸੋਚ ਸਮਝ ਕੇ ਰਹਾਂਗੇ ਭਾਈ। ਬਾਬਾ ਜੀ ਕਿੰਨੇ ਚਿਰ ਤੁਸੀਂ ਰਹੇ, ਵਿਕਾਸ ਕਿੰਨਾ ਹੋਇਆ ਇਲਾਕੇ ਦੇ ਵਿੱਚ? ਵਿਕਾਸ ਕਾਫੀ ਹੋਇਆ, ਹਰ ਗਲੀ ਬਣ ਗਈ, ਵਿਕਾਸ ਦੀ ਕੋਈ ਕਮੀ ਨਹੀਂ ਜੀ, ਬਾਕੀ ਸਭ ਠੀਕ ਚੱਲ ਰਿਹਾ। ਕਈ ਲੋਕ ਕਾਫੀ ਨਾਰਾਜ਼ ਲੱਗ ਰਹੇ ਨੇ ਇਲਾਕੇ 'ਚ? ਕੋਈ ਨਾਰਾਜ਼ ਨਹੀਂ ਹੈਗਾ, ਜਿੰਨੇ ਮਰਜ਼ੀ ਬੰਦੇ ਕੋਲ ਹੋ ਜਾਂਦੇ ਇੱਥੇ, ਇੱਥੋਂ ਸੀਟ ਸਿੱਧੂ ਹੀ ਕੱਢੇਗਾ। ਟਿਕਟ ਤਾਂ ਉਹਨਾਂ ਨੂੰ ਮਿਲ ਗਈ ਹੈ ਜੀ? ਹਾਂਜੀ ਟਿਕਟ ਉਹਨਾਂ ਨੂੰ ਮਿਲ ਗਈ ਆ, ਸੀਟ ਪੱਕੀ ਹੈਗੀ ਉਹਨਾਂ ਨੂੰ, ਸੀਟ ਪੱਕੀ ਆ, ਸੀਟ ਪੱਕੀ। ਉਹ ਲੱਗਦਾ ਕਿ ਕਹਿੰਦੇ ਕਿ ਕਈ ਇਲਾਕੇ 'ਚ ਵਿਕਾਸ ਨਹੀਂ ਹੋਇਆ? ਨਹੀਂ ਨਹੀਂ, ਵਿਕਾਸ ਸਾਰੇ ਹੋਇਆ, ਅਜੇ ਵੀ ਚੱਲ ਰਿਹਾ, 3 ਨੰਬਰ ਗਲੀ 'ਚ ਚੱਲ ਰਿਹਾ, 4 ਨੰਬਰ 'ਚ ਚੱਲ ਰਿਹਾ, ਵਿਕਾਸ ਚੱਲ ਰਿਹਾ, ਮੰਜਰਾ ਕਲੋਨੀ ਚੱਲ ਰਿਹਾ, ਸਾਰੀ ਜਗ੍ਹਾ 'ਤੇ ਚੱਲ ਰਿਹਾ। ਪਰ ਕਈ ਲੋਕ ਕਹਿੰਦੇ ਕਿ ਸਿੱਧੂ ਸਾਹਿਬ ਨੇ ਕਦੀ ਇੱਥੇ ਆ ਕੇ ਹਾਲ ਤੱਕ ਨਹੀਂ ਪੁੱਛਿਆ ਕਿਸੇ ਦਾ? ਨਹੀਂ ਨਹੀਂ, ਮੈਡਮ ਆਉਂਦੀ ਰਹਿੰਦੀ, ਪੁੱਛਦੀ ਰਹਿੰਦੀ ਹੈ, ਕਈ ਜਗ੍ਹਾ ਆਈ ਹੈ। ਵੋਟ ਕਿਹਨੂੰ ਪਾ ਰਹੇ ਹੋ? ਕਾਂਗਰਸ ਨੂੰ। ਬਿਲਕੁਲ ਜੀ, ਇਲਾਕਾ ਨਿਵਾਸੀ ਕਹਿ ਰਹੇ ਨੇ ਕਿ ਕਾਂਗਰਸ ਨੂੰ ਵੋਟ ਪਾਈ ਜਾਊਗੀ, ਵੇਖ ਸਕਦੇ ਤਸਵੀਰਾਂ ਦੇ ਵਿੱਚ ਬੱਚੇ ਖੇਡ ਰਹੇ ਨੇ, ਕਿਤੇ ਨਾ ਕਿਤੇ ਵੋਟਰ ਵੀ ਇੱਥੇ ਖੜ੍ਹੇ ਨੇ, ਵੋਟਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਕਈ ਬੁਰਾਈ ਕਰ ਰਹੇ ਨੇ ਅਤੇ ਕਈ ਚਿਰਾਈ ਕਰ ਰਹੇ, ਗੱਲਬਾਤ ਕਰਾਂਗੇ ਇੱਥੇ ਕੀ ਕਹਿਣਾ ਉਹਨਾਂ ਦਾ। ਹਾਂਜੀ ਭਾਅ ਜੀ, ਕੀ ਨਾਮ ਹੈ? ਤੁਸੀਂ ਯੂਥ, ਤੁਹਾਡੀ ਵੋਟ ਬਣੀ ਸਰ? ਨਹੀਂ, ਮੇਰੀ ਵੋਟ ਨਹੀਂ ਬਣੀ ਹੈ। ਵੈਸੇ ਵੋਟ ਨਹੀਂ ਬਣੀ, ਅੱਗੇ ਵੋਟ ਬਣੂੰਗੀ ਤੁਹਾਡੀ, ਕੀ ਸੋਚਿਆ ਫਿਊਚਰ ਦੇ ਵਿੱਚ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ? ਸਰਕਾਰ ਵਧੀਆ ਹੋਣੀ ਚਾਹੀਦੀ, ਬਸ ਇਮਾਨਦਾਰ ਹੋਵੇ, ਇਮਾਨਦਾਰ ਹੋਵੇ। ਲੱਗਦਾ ਕਿ ਜਿਹੜਾ ਨੌਜਵਾਨਾਂ ਦਾ ਸੋਚਿਆ ਜਾਵੇ? ਹਾਂ, ਉਹੀ ਨੌਜਵਾਨਾਂ ਦਾ ਸੋਚਿਆ ਜਾਵੇ ਸਾਰਾ ਕੁਛ। ਪੰਜਾਬ ਦੇ ਵਿੱਚ ਕਹਿੰਦੇ ਸੀ ਨਸ਼ਾ ਮੁਕਤ ਪੰਜਾਬ ਕੀਤਾ ਜਾਵੇ, ਹੋਇਆ ਨਸ਼ਾ ਮੁਕਤ? ਕਿੱਥੇ ਨਸ਼ਾ, ਨਸ਼ਾ ਗਲੀ ਗਲੀ 'ਚ ਵੀ ਕਹਿੰਦੇ ਆ ਜੇ, ਇੱਥੇ ਕਿੱਥੇ ਮੁਕਤ ਹੋਇਆ ਇਹ? ਸਿੱਧੂ ਸਾਹਿਬ ਦਾ ਇਲਾਕਾ? ਹਾਂਜੀ ਹਾਂਜੀ। ਕਿੰਨਾ ਕੰਮ ਹੋਇਆ ਇਲਾਕੇ 'ਚ? ਇਲਾਕੇ ਕੋਈ ਕੰਮ ਨਹੀਂ ਆਇਆ, ਇੱਥੇ ਇੱਦਾਂ ਹੀ ਗਲੀਆਂ ਵੇਖ, ਤੁਹਾਨੂੰ ਪਤਾ ਲੱਗਣ ਨਹੀਂ ਰਿਹਾ ਕੀ ਹਾਲ ਆ ਕੀ ਨਹੀਂ। ਪਰ ਸਿੱਧੂ ਸਾਹਿਬ ਕਹਿੰਦੇ ਮੈਂ ਇਲਾਕੇ 'ਚ ਬੜਾ ਕੰਮ ਕੀਤਾ। ਕੀਤਾ ਹੋਊਗਾ, ਚਲੋ ਕੀਤਾ ਵੀ ਆ ਥੋੜ੍ਹਾ ਬਹੁਤਾ। ਬਿਲਕੁਲ ਜੀ, ਲੋਕ ਸੋਚ ਕੇ ਦੱਸ ਰਹੇ ਨੇ ਕਿ ਕੰਮ ਥੋੜ੍ਹਾ ਬਹੁਤਾ ਕੀਤਾ ਹੋਵੇਗਾ, ਕਿਤੇ ਨਾ ਕਿਤੇ ਲੋਕ ਵੀ ਆਲਾ ਡੋਲੇ ਹੋਏ ਨੇ, ਇਸ ਕਰਕੇ ਲੋਕਾਂ ਦੇ ਲੋਕ ਇਹੀ ਗੱਲ ਕਹੀ ਜਾ ਰਹੀ ਆ, ਕਿਤੇ ਨਾ ਕਿਤੇ ਕੰਮ ਕੀਤਾ ਵੀ ਆ ਅਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਵੱਖਰੇ ਵੱਖਰੇ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ, ਆਟੋ ਚਾਲਕ ਨਾਲ ਵੀ ਕਰ ਰਹੇ ਹਾਂ, ਇੱਥੇ ਦੁਕਾਨਦਾਰ ਉਹਨਾਂ ਨਾਲ ਗੱਲਬਾਤ ਕਰਾਂਗੇ। ਇੱਕ ਮੈਡੀਕਲ 'ਤੇ ਪਹੁੰਚੇ ਅਸੀਂ, ਕਿਉਂਕਿ ਮੈਡੀਕਲ 'ਤੇ ਹਰ ਲੋਕ ਪਹੁੰਚਦੇ ਨੇ ਮੈਡੀਸਿਨ ਵਾਸਤੇ, ਕਿਤੇ ਨਾ ਕਿਤੇ ਦੁੱਖ ਸਾਂਝਾ ਕੀਤਾ ਜਾਂਦਾ ਇਲਾਕੇ ਦਾ, ਅਤੇ ਗੱਲਬਾਤ ਕਰਦੇ ਇੱਥੋਂ ਦੇ ਮਾਲਕ ਨਾਲ।
ਨਹੀਂ ਉਹਨਾਂ ਦਾ ਮੇਨ ਵਾਅਦਾ ਸੀਗਾ ਓਵਰ ਬ੍ਰਿਜ ਬਣਨਾ ਜਿਹੜਾ ਥੱਲੇ ਅੰਡਰਬ੍ਰਿਜ ਉਹ ਬਣ ਗਿਆ ਮੇਨ ਵਾਕੀ ਸੜਕਾਂ ਸੁੜਕਾਂ ਤਾਂ ਉਹਨਾਂ ਦੇ ਕੰਮ ਤਾਂ ਹੋ ਰਹੇ ਨੇ ਬਾਕੀ ਜਿਹੜੇ ਥੱਲੇ ਲੈਵਲ ਦੇ ਕੰਮ ਨੇ ਕੌਂਸਲਰਾਂ ਵਾਲਾ ਉਹਨਾਂ ਵੱਲੋਂ ਬਹੁਤ ਜ਼ਿਆਦਾ ਢਿੱਲਾ ਹੈ ਬਾਕੀ ਕੰਮ ਉਹਨਾਂ ਵੱਲੋਂ ਹੈਗੇ ਨੇ ਪਰ ਇਹ ਨਹੀਂ ਕਰਦੇ ਕੌਂਸਲ ਕੁਛ ਨਹੀਂ ਜੇ ਕਰਦੇ ਇੱਥੋਂ ਲੱਗਦਾ ਕਿ ਸਿੱਧੂ ਸਾਹਿਬ ਬਿਲਕੁਲ ਸਹੀ ਕਰ ਰਹੇ ਨੇ ਪਰ ਥੱਲੇ ਵਾਲੇ ਤੁਸੀਂ ਕਹਿ ਰਹੇ ਹੋ ਥੱਲੇ ਵਾਲੇ ਨਹੀਂ ਕੰਮ ਸਟਾਫ ਮਾੜਾ ਜੀ ਉਹਨਾਂ ਦਾ ਸਟਾਫ ਮਾੜਾ ਬਿਲਕੁਲ ਅਤੇ ਕਿੱਦਾਂ ਵੇਖ ਰਹੇ ਹੋ ਐਤਕੀ ਸਰਕਾਰ ਕਿਹੜੀ ਵੇਖ ਰਹੇ ਹੋ ਅਸੀਂ ਇਹ ਚਾਹੁੰਦੇ ਸਿੱਧੂ ਸਾਹਿਬ ਆਉਣ ਬਾਕੀ ਅੱਗੋਂ ਸੰਗਤ ਦੀ ਮਰਜ਼ੀ ਹੈ ਨਾ ਸੰਗਤ ਕੀ ਕਹਿੰਦੀ ਹੈ ਕੀ ਕਰਦੇ ਕਈ ਲੋਕ ਇੱਥੋਂ ਦੇ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਨੇ ਕਿਸੇ ਦਾ ਹਾਲ ਤੱਕ ਨਹੀਂ ਆਣ ਕੇ ਪੁੱਛਿਆ ਦੇਖੋ ਹਾਲ ਚਾਲ ਤੇ ਚਲੋ ਐਮ ਐਲ ਏ ਕੋਈ ਕੌਂਸਲ ਥੋੜ੍ਹੀ ਜਿਹੜਾ ਹਾਲ ਚਾਲ ਅਸਲ 'ਚ ਜਿਹੜੀ ਟੀਮ ਹੁੰਦੀ ਨਾ ਥੱਲੇ ਉਹ ਹਾਲ ਚਾਲ ਪੁੱਛਦੀ ਹੈ ਉਹ ਟੀਮ ਨਹੀਂ ਐਡੀ ਵਧੀਆ ਬਣੀ ਉਹਨਾਂ ਦੀ ਉਹਨਾਂ ਨੇ ਨਹੀਂ ਪੁੱਛਿਆ ਤੇ ਇਸ ਕਰਕੇ ਉਹਨਾਂ ਦਾ ਵੀ ਨਾਂ ਬਦਨਾਮ ਹੁੰਦਾ ਇਹਨਾਂ ਚੁੱਕਣਾ ਐਤਕੀ ਫਿਰ ਵੋਟ ਕਿਹਨੂੰ ਪਾ ਰਹੇ ਨਹੀਂ ਵੋਟ ਤਾਂ ਅਸੀਂ ਦੇਖੋ ਜੀ ਜਿਹੜਾ ਕੰਮ ਕੀਤਾ ਉਹਨਾਂ ਨੂੰ ਹੀ ਪਾਉਣੀ ਹੈ ਸਿੱਧੂ ਸਾਹਿਬ ਨੂੰ ਪਾਵਾਂਗੇ ਹੋਰ ਕਿਹਨੂੰ ਪਾਉਣੀ ਹੈ ਬਿਲਕੁਲ ਜੀ ਜਿਹੜੇ ਜਿਹੜਾ ਪੰਜਾਬ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਵਿਕਾਸ ਕਰੂਗਾ ਤਾਂ ਉਹਨੂੰ ਹੀ ਵੋਟ ਪਾਈ ਜਾਵੇਗੀ ਲਖਵੀਰ ਸਿੰਘ ਸੋਢੀ ਹੈ ਜੀ ਮੇਰਾ ਨਾਂ ਜੀ ਕਿਹੜਾ ਇਲਾਕਾ ਸਰ ਇਹੋ ਇਲਾਕਾ ਜੀ ਸਾਡਾ ਜੰਪ ਵਾਲੀ ਇੱਥੋਂ ਦਾ ਅੱਜ ਤੋਂ 60 ਸਾਲ ਤੋਂ ਇੱਥੇ ਰਹਿ ਰਹੇ ਹਾਂ ਜੋੜਾ ਫੜ ਕੇ ਇਸ ਤੋਂ ਪੈਂਦਾ ਹਾਂਜੀ ਹਾਂਜੀ ਪੂਰਬੀ ਹਲਕਾ ਪੰਜਾਬੀ 'ਚ ਕਹਿ ਦਿੰਦੇ ਇਸ ਟਾਈਮ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਸਰ ਵਿਧਾਇਕ ਕੌਣ ਇੱਥੋਂ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਜੀ ਜੋ ਕਿ 4 ਵਾਰੀ ਉਹਨਾਂ ਨੂੰ MP ਬਣਾਇਆ ਔਰ 2 ਵਾਰੀ ਉਹਨਾਂ ਨੂੰ ਇਸ ਲਾਇ ਇੱਥੋਂ MLA ਬਣਾਇਆ ਇੱਕ ਵਾਰੀ ਮਿਸਿਜ ਨਵਜੋਤ ਕੌਰ ਸਿੱਧੂ ਔਰ ਇੱਕ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਕਿੰਨਾ ਵਿਕਾਸ ਹੋਇਆ ਇਲਾਕਾ ਵਿਕਾਸ ਤਾਂ ਬਹੁਤ ਹੋਇਆ ਜੀ ਤੁਸੀਂ ਇਲਾਕਾ ਘੁੰਮ ਕੇ ਵੇਖੋ ਜੇ ਤੁਹਾਡੇ ਗੋਡੇ ਗੋਡੇ ਜਿੰਨੇ ਇਹ ਪੈਂਟਾਂ ਨਾ ਲਿਬੜ ਜਾਣ ਤਾਂ ਸਾਨੂੰ ਫਾਇਦਾ ਕੋਈ ਨਹੀਂ ਤੁਹਾਨੂੰ ਵਿਖਾਉਂਦਾ ਅਸੀਂ ਤੁਹਾਨੂੰ ਵਿਖਾ ਸਕਦੇ ਹਾਂ ਆਪ ਉਹੀ ਤਾਂ ਅਸੀਂ ਕਿਹਾ ਤੁਹਾਨੂੰ ਤੁਸੀਂ ਵੜ ਕੇ ਵੇਖੋ ਨਾ ਤੁਸੀਂ ਕੈਮਰਾ ਲੈ ਕੇ ਵੜ ਕੇ ਵੇਖੋ ਤਾਂ ਤੁਹਾਨੂੰ ਇੱਥੋਂ ਲਾਗੇ ਵਿਖਾ ਦਿੰਦੇ ਆਪਾਂ ਦੂਰ ਤੋਂ ਜਾਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਇੱਥੋਂ ਇਹ ਤੁਹਾਡਾ ਜਿਹੜਾ ਪੂਰਬੀ ਇਲਾਕਾ ਨਾ ਜੋੜੇ ਫਾਟਕ ਤੋਂ ਲੈ ਕੇ ਮੋਹ ਗੁੰਬਰੇ ਤੱਕ 2 ਵਾਰਡਾਂ ਪੈਂਦੀਆਂ ਵਿੱਚ ਜੇ ਕਿਸੇ 'ਚ ਕੰਮ ਹੋਇਆ ਤਾਂ ਮੈਂ ਤੁਹਾਨੂੰ ਕੈਮਰਾ 'ਤੇ ਮੇਰੇ ਨਾਲ ਚਲੋ ਮੈਂ ਵਿਖਾਉਂਦਾ ਬਹੁਤ ਕੰਮ ਕੀਤਾ ਉਹਨਾਂ ਨੇ ਉਹ ਨਜ਼ਰ ਹੀ ਆ ਜਾਣਾ ਤੁਹਾਨੂੰ ਦੇਖੋ ਯਾਰ ਕਿ ਅਸੀਂ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਆਵੇ ਤਾਂ ਸਭ ਤੋਂ ਵਧੀਆ ਕਿਉਂਕਿ ਬੜੀਆਂ ਸਹੂਲਤਾਂ ਦਿੱਤੀਆਂ ਉਹਨਾਂ ਨੇ ਮਾੜੇ ਤੋਂ ਮਾੜੇ ਬੰਦਿਆਂ ਨੂੰ ਵੀ ਦਾਲ ਆਟਾ ਦਿੱਤਾ ਵਾ ਬੱਚਿਆਂ ਨੂੰ ਸਕੂਲ ਵਾਸਤੇ ਸਾਈਕਲ ਦਿੱਤਾ ਵਾ ਵਜ਼ੀਫਾ ਉਹਨਾਂ ਨੇ ਦਿੱਤਾ ਵਾ ਬੱਚੇ ਨਿੱਕੇ ਜਿਹੜੇ ਪੜ੍ਹਦੇ ਆ ਸਕੂਲਾਂ 'ਚ ਉਹਨਾਂ ਨੂੰ ਉਹ ਖਾਣਾ ਦਿੰਦੇ ਆ ਹਾਂਜੀ ਇਹ ਤੋਂ ਵੱਡੀਆਂ ਸਹੂਲਤਾਂ ਹੋਰ ਕੀ ਆ ਜੀ ਬੁਢਾਪਾ ਪੈਨਸ਼ਨ ਉਹਨਾਂ ਨੇ ਸ਼ੁਰੂ ਕੀਤੀ ਜਿਹੜੀ ਕਿ ਕਹੋ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਪਾਵਾਂਗੇ ਉਮੀਦਵਾਰ ਕੋਈ ਵੀ ਹੋਵੇ ਮੈਂ ਜਤਿੰਦਰਪਾਲ ਸਿੰਘ ਘੁੰਮਣ ਇਲਾਕਾ ਜੋੜਾ ਫਾਟਕ ਅਤੇ ਵਧਾਇਕ ਇੱਥੇ ਨਵਜੋਤ ਸਿੰਘ ਸਿੱਧੂ ਜੀ ਕਿੰਨਾ ਵਿਕਾਸ ਹੋਇਆ ਇਲਾਕੇ 'ਚ ਬਾਕੀ ਵਿਕਾਸ ਕੋਈ ਨਹੀਂ ਹੋਇਆ ਜੀ ਜੋ ਪਹਿਲਾਂ ਮਤਲਬ ਜਿਹੜਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਅਤੇ BJP ਵੇਲੇ ਹੋਇਆ ਬਸ ਉਹੀ ਵਿਕਾਸ ਹੋਇਆ ਬਾਅਦ 'ਚ 5 ਸਾਲ ਤਾਂ ਦੇਖੋ ਜੀ ਜੋ ਜਿੱਤ ਕੇ ਧੰਨਵਾਦ ਤੱਕ ਨਹੀਂ ਕਰਨ ਆਏ 3 ਵਾਰੀ ਉਹ MP ਰਹੇ ਆ 2 ਵਾਰੀ ਉਹਨਾਂ 1 ਵਾਰੀ ਉਹਨੇ ਮਿਸਜ MLA ਰਹੀ ਆ ਹੁਣ ਆਪ ਰਹੇ ਆ ਲੋਕਾਂ ਧੰਨਵਾਦ ਤੱਕ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਇਲਾਕੇ ਦੇ ਵਿੱਚ ਮਤਲਬ ਵੀ ਉਹਨਾਂ ਦੀ ਜਿਹੜੀ ਮਤਲਬ ਵੀ ਇੰਨੀ ਨਿਖਿੱਧ ਸੋਚ ਆ ਬਸ ਉਹ ਕਹਿੰਦੇ ਸਿੱਧੂ ਮਾਡਲ ਕਰਕੇ ਖੱਪ ਪੈਣ ਡਈ ਆ ਹੋਰ ਕੋਈ ਕੰਮ ਨਹੀਂ ਉਹਨਾਂ ਕੋਲ ਸਿੱਧੂ ਸਾਹਿਬ ਕਹਿੰਦੇ ਮੇਰੇ ਇਲਾਕੇ 'ਚ ਜਾਓਗੇ ਸਵਰਗ ਹੈ ਬਿਲਕੁਲ ਹੋਰ ਇਲਾਕੇ ਸਵਰਗ ਆ ਮੈਂ ਇੱਥੇ 1 ਨੰਬਰ ਗਲੀ ਕ੍ਰਿਸ਼ਨ ਨਗਰ ਦੇ ਇਲਾਕੇ ਸਾਹਮਣੇ ਖਲੋਤਾ ਇੱਥੇ ਲੋਕ ਇੰਨੇ ਤਰਸ ਕਰਨ ਡਏ ਆ ਗਲੀ ਵੀ ਜਿਹੜੀ ਬਣੀ ਆ ਉਹ ਰਾਜਕੁਮਾਰ ਕਾਂਗਰਸ ਕੌਂਸਲ ਸੀਗਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ BJP ਸਰਕਾਰ ਹੀ ਉਦੋਂ ਦੀ ਬਣੀ ਆ ਹੁਣ ਪਾਣੀ ਗੰਦਾ ਆਉਣ ਡਿਆ ਲੋਕਾਂ ਨੇ ਰੋਜ਼ ਇੱਥੇ ਖੱਪ ਆਈ ਹੁੰਦੀ ਆ ਅਤੇ ਲੋਕ ਬਿਮਾਰ ਪੈਣ ਡਏ ਆ ਕੋਈ ਇਲਾਕੇ ਦਾ ਵਿਕਾਸ ਨਹੀਂ ਆ ਗਲੀਆਂ ਵੀ ਹੁਣ ਇਲੈਕਸ਼ਨ ਦੇ ਲਾਗੇ ਜਾ ਕੇ ਪਟਾਤੀਆਂ 3-3 ਮਹੀਨੇ 4-4 ਮਹੀਨੇ ਹੋਏ ਤਾਂ ਪੁੱਟੀਆਂ ਪਈਆਂ ਨੇ ਲੋਕ ਵੇਖਣ ਡੇ ਵੀ ਕਦੋਂ ਆਉਣ ਬਣਾਉਣ ਲੋਕਾਂ ਦੀ ਮਤਲਬ ਕੋਈ ਗੱਡੀ ਦੀਆਂ ਘਰ ਗੱਡੀ ਜਾਣ ਡੀ ਸਕੂਟਰ ਮੋਟਰਸਾਈਕਲ ਨਹੀਂ ਜਾਣ ਡੇ ਤਾਂ ਬੁਰਾ ਹਾਲ ਵੋਟ ਅਸੀਂ ਮਤਲਬ ਵੀ ਆਪਣਾ ਸ਼੍ਰੋਮਣੀ ਅਕਾਲੀ ਦਲ ਨੂੰ ਪਾਵਾਂਗੇ ਜੀ ਜਿਨ੍ਹਾਂ ਨੇ ਮਤਲਬ ਸ਼ੁਰੂ ਤੋਂ ਸੰਗਤ ਸਕੀਮ ਦੇ ਵਿੱਚ ਜਿਹੜੇ ਕੰਮ ਬਾਦਲ ਸਾਹਿਬ ਕਰਦੇ ਰਹੇ ਆ ਜਾਂ ਜਿੰਨੀਆਂ ਸਕੀਮਾਂ ਕੀਤੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਅਸੀਂ ਆਪਣਾ ਸਗਨ ਸਕੀਮ ਦਾ ਲੈ ਲਓ ਆਪਣਾ ਬਿਜਲੀ ਦਾ ਜਿਹੜੀ ਮਾਫ ਦਾ 250 ਆਪਣਾ 200 ਯੂਨਿਟ ਮਾਫ ਸੀ ਜਿਹੜਾ SC ਦਾ BC ਦਾ ਨਾਲ ਬਾਕੀ ਜਿਹੜੇ ਹੋਰ ਵੀ ਕੰਮ ਸੀ ਵਿਕਾਸ ਦੇ ਉਹ ਬਾਦਲ ਸਾਹਿਬ ਦੇ ਵੇਲੇ ਹੋਏ ਜਿੰਨੇ ਪੁਲ ਬਣੇ ਹੁਣ ਪਤਾ ਨਹੀਂ ਲੱਗਦਾ ਬਟਾਲੇ ਕਦੋਂ ਜਾਣਾ ਨਾਗਾ ਨੰਗ ਜੀ ਦਾ ਵਾ ਅਤੇ ਆਪਣਾ ਜਲੰਧਰ ਜਾਓ ਪਤਾ ਨਹੀਂ ਲੱਗਦਾ ਇਹਨਾਂ ਨੇ ਤਾਂ ਕੁਛ ਵੀ ਆਪਣਾ ਤੀਲਾ ਤੋੜ ਕੇ ਦੌਰਾ ਨਹੀਂ ਕੀਤਾ ਇਹਨਾਂ ਦੇ ਇਹ ਹਾਲਾਤ ਸੀ ਲੱਗਦਾ ਕਿ ਲਾ ਰਹੇ ਨਹੀਂ ਸਰਕਾਰ ਲਾ ਰਹੇ ਸਰਕਾਰ ਬਿਲਕੁਲ ਲਾ ਰਹੇ ਸਰਕਾਰ ਜੀ ਇਹ ਮਤਲਬ ਵੀ ਲਾ ਰਹੇ ਜੀ ਕਿ ਮਤਲਬ ਵੀ ਜਦੋਂ ਜਾਣਾ ਜੀ ਆਹ ਮੈਂ ਕਰਤਾ ਉਹ ਕਰਤਾ ਇੰਪਲੀਮੈਂਟ ਕੋਈ ਨਹੀਂ ਹੋਇਆ ਕਿਸੇ ਦਾ ਜਿੱਥੇ ਮਰਜ਼ੀ ਤੁਸੀਂ ਵੇਖ ਲਓ ਹੁਣ ਰੇਤਾ ਕਹਿੰਦੇ ਸੀ 5 ਰੁਪਏ ਫੁੱਟ ਆ 500 ਟਰਾਲੀ ਲੈਣ ਜਾਈਏ 3200 ਟਰਾਲੀ ਮਿਲਦੀ ਆ ਕੋਈ ਵੀ ਹੁਣ ਆਪਣਾ ਕੇਬਲ ਆ ਕੇਬਲ ਮਾਫੀਆ ਸਿੱਧੂ ਸਾਹਿਬ ਕਰਦੇ ਰਹੇ ਆ ਜੀ 100 ਰੁਪਏ ਦੀ ਮਤਲਬ ਕੇਬਲ ਆ ਲੋਕਾਂ ਨੇ ਪੈਸੇ ਰੋਕ ਲਏ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਲੋਕ ਤਰਾਸ ਕਰਦੇ ਆ ਵੀ ਸਿਰਫ ਲਾ ਨਹੀਂ ਕਰਨੇ ਸੀ ਇਹ ਕੁਛ ਮਤਲਬ ਵੀ ਹੋਇਆ ਜੇ ਆਹ ਹੁਣ ਸਿੱਧੂ
इलाके बड़े ही नहीं है कोई किसी की वारसान नहीं लई किसी का कोई मतलब कि किस किस्म का कोई काम नहीं है इलाके सिर्फ जे काम होया जरा अपने बंसी ही वो कैप्टन का बंदा है उन्हें बड़ी मेहनत हिम्मत ला के ये काम चालू कराया है जिस दिन चन्नी सरकार मुख्यमंत्री बने उद्या सारी पहलो सब तो माड़ा काम ना सिद्धू ने किया चेयरमैन तलात सब तो माड़ा काम किया आगे उस तो इलाके अज तो 15 साल 10 साल ला लो कोई गंदा पानी इन्ना अजय घर घर जाकर तो मैं हूँ भी किसी घर गंदा पानी होगा आम डे टूटी कोई साफ पानी नहीं कोई सड़क आधार नहीं गा हूँ थोड़ा चेर सड़क टाइम बनाई मोह बुरे तो लैके आँगी सड़क जी कहते कि जो मीह पैंता तो सड़क डुब जाती मैं लुक नहीं पाते लुक पाते नहीं गे कोल हो काम नहीं कराते जो सब तो नलायक कौंसल भी इतने वाडा जी भी नलायक है कोई काम नहीं कराते वेंदे कख नहीं करते सब तो माड़ा हालात आप वेखिए हल्का पूर्वी का जोड़ा फाड़े खतरनाक मोहम बड़ावा कलर जाग वेख लो तुम इन्ना गंद इन्ना मस इन्ना गंदा ला इलाका कोई हिसाब नहीं है जी हाँ जी यार फिर की सोचा गांव का फ्यूचर की सोचा यार जरा सर जरा काम जिन्हें काम करूगा आने वाला एम एल ए होगा जिन्हें पहले एम एल ए होने उन्हें काम किए हो सरकार फिर वही एम एल ए आ जाएगा उस पार्टी का है कि पार्टी मैं श्रोमणी अकाली दल बिल्कुल जी वक्रे वक्रे विचार लेते असी इलाके जाके तो हर दे वक्रे वक्रे विचार ने क्योंकि वोट सारे की वक्री वक्री इस करके लोगों वालों तो यही गल की जा रही है कि नवजोत सिंह सिद्धू ने कई काम किए आ कई लोग कह रहे कि इलाके वड़ के नहीं वेख्या इस करके अपनी वोट का इस्तेमाल बिल्कुल सही किया जाएगा यार की क्योंकि लोग सोचते हैं कि विकास होना चाहिए पंजाब दे विच जिहड़े इलाके च विकास होवेगा तो उतों के विधायक उतों के चुने जाएंगे इस करके लिबर टीवी के वलों इतों के लोगों के नाल खास गलबात की नवजोत सिंह सिद्धू के इलाके लैके मनजिंदर सिंह की रिपोर्ट लिबर टीवी अमृतसर।